ਦੋਸਤੋ ਸਿੱਧੂ ਮੂਸੇਵਾਲੇ ਦੇ ਦੋਸਤ ਪਾਨਾ ਸਿੱਧੂ ਤੇ ਪ੍ਰੇਮ ਢਿੱਲੋਂ ਦੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਤਾਂ ਚਲੋ ਦੋਸਤੋ ਪਹਿਲਾਂ ਗੱਲ ਕਰਦੇ ਆ ਪਾਨਾ ਸਿੱਧੂ ਦੀ। ਸਿੱਧੂ ਮੂਸੇਵਾਲੇ ਤੇ ਪਾਨਾ ਸਿੱਧੂ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਇਹ ਪਿਕ ਸਿੱਧੂ ਮੂਸੇਵਾਲੇ ਤੇ ਪਾਨਾ ਸਿੱਧੂ ਦੇ ਸ਼ੂਟ ਦੌਰਾਨ ਦੀ ਹੈ। ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਤੇ ਪਾਨਾ ਸਿੱਧੂ ਦਾ ਨਵਾਂ ਗਾਣਾ ਆ ਰਿਹਾ ਹੈ ਤੇ ਜਿਸ ਗਾਣੇ ਦੀ ਸ਼ੂਟਿੰਗ ਪੈਂਡ ਵਿੱਚ ਹੀ ਹੋ ਰਹੀ ਹੈ। ਤੇ ਦੋਸਤੋ ਦੂਸਰੇ ਪਾਸੇ ਪ੍ਰੇਮ ਢਿੱਲੋਂ ਜਿਸ ਦਾ ਕਿ ਨਾਲੀਕ ਹੋ ਗਿਆ ਹੈ ਜੀ ਹਾਂ ਤੇ ਦੋਸਤੋ ਇਸ ਦੇ ਨਾਲ ਹੀ ਵੱਡੀ ਜੁੜੀ ਖਬਰ ਇਹ ਹੈ ਕਿ ਇਸ ਗਾਣੇ ਦੇ ਕੋਲ ਕਬੂਲ ਰਮੀਰ ਦਾਵਾ ਦੇ ਗਾਣੇ ਬਦਮਾਸ਼ੀ ਨਾਲ ਕਾਫੀ ਮਿਲਦੇ ਜੁਲਦੇ ਹਨ ਤੇ ਦੋਨਾਂ ਗਾਣੇ ਦਾ ਨਾਮ ਵੀ ਸੇਮ ਹੀ ਹੈ ਪ੍ਰੇਮ ਢਿੱਲੋ ਤੇ ਰਮੀਰ ਦਾਵਾ ਨਾਲ ਜੁੜੀ ਪਹਿਲਾਂ ਤਾਂ ਇਸ ਤਰ੍ਹਾਂ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਤੇ ਦੋਸਤੋ ਇਹਨਾਂ ਦੋਨਾਂ ਸਿੰਗਰਾਂ ਦੇ ਬਦਮਾਸ਼ੀ ਗਾਣੇ ਕਾਫੀ ਹੱਦ ਤੱਕ ਸੇਮ ਹੀ ਹਨ ਆਖਰ ਇਸ ਪਿੱਛੇ ਅਸਲ ਮਸਲਾ ਕੀ ਹੈ ਇਹ ਤਾਂ ਹਲੇ ਦੋਸਤੋ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ ਤੇ ਜਿੱਦਾਂ ਹੀ ਇਸ ਬਾਰੇ ਕੋਈ ਖਬਰ ਸਾਹਮਣੇ ਆਵਗੀ ਤੁਹਾਨੂੰ ਇਸ ਚੈਨਲ ਤੇ ਮਿਲ ਜਾਵੇਗੀ ਦੋਸਤੋ ਨਾ ਜ ਕਿਸੇ ਦੀਆਂ ਵੀ ਪਾਮਨਾਵਾਂ ਨੂੰ ਠੀਸ ਪਹੁੰਚਾਉਣਾ ਨਹੀਂ ਹੈ ਤੇ ਨਾ ਹੀ ਅਸੀਂ ਕਿਸੇ ਸਿੰਗਰ ਦਾ ਪੱਖ ਪੂਰਿਆ ਤੇ ਦੋਸਤੋ ਤੁਹਾਡੀ ਸਮੁੱਧੇ ਤੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਧੰਨਵਾਦ